ਓਏ ਆਹੀ ਗੰਦ ਪਾਇਆ ਓਏ ਮੈਨੂੰ ਯਾਰ ਇੱਕ ਵਾਰੀ ਤੂੰ ਬ੍ਰੇਕ ਬ੍ਰੇਕ ਹੋਰ ਹੁਣ ਮੇਰਾ ਮੂੰਹ ਬੱਜੂ ਉਹਦੇ ਵਿੱਚ ਚੱਲ ਉਹਨੂੰ ਕਹਿ ਦੇ ਹੁਣ ਜਾ ਓਏ ਬਾਲਾ ਬਾਲਾ ਆ ਗਿਆ ਉਹਨੂੰ ਬਣਿਆ ਹੋਇਆ ਬਸ ਖਾ ਵੀ ਲਿਆ ਫਿਰ ਪਤਲਾਇਆ ਹੋਇਆ ਤਾਂ ਮੈਨੂੰ अपनी नवी वीडियो दे विच अज आपां करन लगे एक बहुत घंट चैलेंज चैलेंज आए हां मैं रूड बोलना हर्ष नाल ओ मैनू चाहे मेरी सिफत करे मतलब मैनू कोई चंगी गल कवे तां वी मैं ओनू कोई पुट्ठा ही जवाब देना ते वीडियो बहुत खास होने वाली है शुरू तो लैके लास्ट तक देखो जमा भी स्किप ना करियो जिथे भी थोड़े चेहरे ते माड़ी जी स्माइल आया करो कि आपे जाके वीडियो नू लाइक कर दिया करो चैनल नू सब्सक्राइब कर लिया करो ते कमेंट भी कर दिया करो बाकी आपां हर्ष भाई नू देखदे आं अंदर ही बैठा वा ते उहदे नाल जाके आपां चैलेंज करदे आं शुरू तो लैके लास्ट तक देखियो ठीक है ते चलो हुण आपां चैलेंज वल वधदे आं हर्ष अंदर ही आ आपां जांदे आं हुण अंदर ते देखदे आं की करदा ओए आई गंद पाया ओए ਡਰਾ ਡਰੂ ਕੀ ਦਿੱਤਾ ਭੂਤਾ ਮੈਂ ਡਰਾਉਂਗਾ ਆਹ ਸਾਈਡ ਤੇ ਲਾ ਇਹਨੂੰ ਆਹ ਕਿਵੇਂ ਕੰਬਲ ਕੁੰਬਲ ਖਸਾ ਰਿਹਾ ਤੈਅ ਕਿਨੇ ਲਾਉਣੀ ਹੁੰਦੀ ਆ ਪਹਿਲਾਂ ਰਾਤ ਸੋਦਾ ਜਾਂਦੇ ਹੋ ਫਿਰ ਤੈਅ ਵੀ ਲਾ ਇਹਨੂੰ ਆਹ ਸਾਈਡ ਤੇ ਲਾ ਕਾਹਤੋਂ ਕੀਤਾ ਹੋਇਆ ਤੈਨੂੰ ਪਹਿਲਾਂ ਇਹ ਸਮਝਾ ਮਜ਼ਾਕ ਜਾਣਾ ਕਰ ਮੇਰੇ ਨਾਲ ਫਿਰ ਦੱਸ ਕਾਹਤੋਂ ਕੀਤਾ ਇਹ ਮੂੰਹ ਨਾ ਬੋਲਦਾ ਹੋਰ ਤੇਰੇ ਮੂੰਹ ਨਾ ਬੋਲਦਾ ਤੂੰ ਸਾਈਡ ਤੇ ਪਿੱਛੇ ਕਰ ਉਹਨੂੰ ਕਰ ਫਿਰ ਗੋਟਟ ਕੀ ਮੰਮੀ ਨੇ ਡੇਰ ਦਿੱਤਾ ਹੋਣਾ ਵੀ ਆ ਸਫਾਈ ਕਰ ਵੀ ਸਫਾਈ ਕਰਾ ਹੁਣ ਤੋਂ ਦਿੱਤਾ ਡੇਰ ਚੱਲ ਯਾਰ ਜੋ ਮਰਜੀ ਆ ਬੋਲ ਚਾ ਇਤਰਾ ਲੈ ਫਿਰ ਕੀ ਬੋਲ ਚਾ ਜਨਾ ਲੈ ਇਹਨੂੰ ਸਾਈਡ ਤੇ ਲਾ ਇਹਨੂੰ ਦੇਖ ਕਿਵੇਂ ਕੋਕ ਦੀਆਂ ਬੋਤਲਾਂ ਕਿਵੇਂ ਮੈਗੀ ਮੂਗੀ ਇੱਥੇ ਰੱਖੀ ਪਈ ਆ ਨਾਲੇ ਜਾ ਮੇਰੇ ਵਾਸਤੇ ਕੋਈ ਖਾਣ ਨੂੰ ਲੈ ਕੇ ਆ ਯਾਰ ਅੱਗੇ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆਈਪੀਐਲ ਸਿਰਫ ਦੇਖੋ ਹੀ ਨਹੀਂ ਸਗੋਂ ਆਪਣੇ ਓਪੀਨੀਅਨਸ ਦੇ ਕੇ ਕਾਫੀ ਸਾਰੇ ਪ੍ਰਾਈਜ਼ ਵੀ ਜਿੱਤੋ ਉਹ ਵੀ ਲੋਟਸ 365.in ਤੇ ਇੱਥੇ ਕਾਫੀ ਸਾਰੇ ਕੁਐਸਚਨਸ ਹੋਣਗੇ ਕਿ ਟੌਸ ਕੌਣ ਜਿੱਤੂਗਾ ਤੇ ਮੈਚ ਕੌਣ ਜਿੱਤੂਗਾ 50 ਤੋਂ ਵੱਧ ਕੁਐਸਚਨਸ ਹੋਣਗੇ ਇਹਨਾਂ ਕੁਐਸਚਨਾਂ ਦੇ ਤੁਸੀਂ ਓਪੀਨੀਅਨ ਦੇ ਕੇ ਕਾਫੀ ਸਾਰੇ ਪ੍ਰਾਈਜ਼ ਜਿੱਤ ਸਕਦੇ ਹੋ ਲੋਟਸ 365 ਤੇ ਰਜਿਸਟਰ ਕਰਨ ਤੇ ਤੁਹਾਨੂੰ ਮਿਲ ਜੂਗਾ 365 ਰੁਪੀਸ ਦਾ ਬੋਨਸ ਇਹਦੇ ਤੁਹਾਨੂੰ ਮਿਲਦਾ 24 ਆਰ ਦਾ ਕਸਟਮਰ ਸਪੋਰਟ ਇੱਥੇ ਖੇਡਦੇ 10 ਮਿਲੀਅਨ ਤੋਂ ਵੀ ਜ਼ਿਆਦਾ ਯੂਜ਼ਰਸ ਇੱਥੇ ਕ੍ਰਿਕਟ ਤੋਂ ਇਲਾਵਾ ਵੀ 200 ਪਲੱਸ ਕੁਐਸਚਨਸ ਨੇ ਜਿੱਥੇ ਤੁਸੀਂ ਓਪੀਨੀਅਨ ਦੇ ਕੇ ਜਿੱਤ ਸਕਦੇ ਹੋ ਪ੍ਰਾਈਜ਼ ਨਿਵਾਜੁਦੀਨ ਤੇ ਸੁਨੀਲ ਸ਼ੈਟੀ ਵਰਗੇ ਇਹਦੇ ਬ੍ਰਾਂਡ ਐਂਬੈਸਡਰ ਨੇ ਤਾਂ ਬਿਲਕੁਲ ਵੀ ਦੇਰ ਨਾ ਕਰੋ ਹੁਣੇ ਜਾ ਕੇ ਰਜਿਸਟਰ ਕਰੋ ਲੋਟਸ 365.in ਤੇ ਡੇਅਰ ਕਿੰਨੇ ਦਿੱਤਾ ਤੁਹਾਨੂੰ ਮੰਮੀ ਨੇ ਕਿਹੜਾ ਡੇਅਰ ਯਾਸ਼ ਨੂੰ ਬੋਲ ਗੋ ਆ ਬਹੁਤ ਪਾਣੀ ਡੋਲ ਲੈਣਾ ਮੈਂ ਬੈੱਡ ਤੇ ਖੋਲੀ ਜਾਣਾ ਬੋਤਲ ਨੂੰ ਕੋਸਾ ਜਾ ਕਿਉਂ ਹੁੰਨਾ ਆ ਰੱਖ ਸਾਈਡ ਤੇ ਬੋਤਲ ਪਾਣੀ ਡੋਲ ਜੂ ਤੇ ਤੂੰ ਹੀ ਸੋਣਾ ਫਿਰ ਰਾਤ ਨੂੰ ਕੀ ਹੋ ਗਿਆ ਹੁਣ ਜੁਆਕਾ ਤੇਰਾ ਰੋਣ ਲੱਗ ਗਿਆ ਕੁੜੀਆਂ ਤੇਰਾ ਮੈਨੂੰ ਜ਼ੁਕਾਮ ਆ ਤੇਰਾ ਤਾਂ ਵੀ ਤੇਰੇ ਬੋਲੀ ਜਾਂਦਾ ਵਾ ਤੈਨੂੰ ਸਮਝ ਨਹੀਂ ਲੱਗਦੀ ਕੌਣ ਕਹਿੰਦਾ ਬਈ ਮੁੰਡੇ ਨਹੀਂ ਰੋ ਸਕਦੇ ਤੁਹਾਡੇ ਵਰਗੇ ਲੋਕਾਂ ਨੇ ਨਾ ਮੁੰਡੇ ਕੁੜੀਆਂ ਨੂੰ ਲੱਗ ਲੱਗ ਵੱਡੇ ਓਏ ਤੂੰ ਮੇ ਤੋਂ ਵੰਡਿਆ ਜਾਣਾ ਅੱਜ ਤੂੰ ਉੱਥੇ ਆ ਕਰ ਸਾਈਡ ਤੇ ਉਹਨੂੰ ਬੋਲ ਤਾਂ ਚਾਇਤਰਾ ਬੋਲ ਲਾ ਭਰਾਵਾ ਇੱਜ਼ਤ ਕਰ ਲਾ ਭੋਰਾ ਬਲੋਗ ਚ ਅੱਗੇ ਤਾਂ ਹਾਂਜੀ ਹਾਂਜੀ ਕਰਦਾ ਹੁਣ ਇਹ ਪਾਣਾ ਨਹੀਂ ਹੁਣ ਕਿਤੇ ਫਿਰ ਕੰਮ ਵੀ ਕਰ ਇੱਜ਼ਤ ਵਾਲੇ ਤੇਰੇ ਨਾਲ ਹੀ ਮਜ਼ਾਕ ਕਰਨਾ ਨਾ ਮੈਂ ਤੂੰ ਹੀ ਰਹਿ ਗਿਆ ਦੁਨੀਆ ਤੇ ਕਰਦਾ ਮਜ਼ਾਕ ਨਾ ਕਿ ਪੋਣਾ ਕਿਤੇ ਪਹਿਲਾਂ ਮੈਨੂੰ ਦੱਸ ਪ੍ਰੋਪਰ ਵਲੌਗ ਪੋਣਾ ਇਹ ਜਿਹੜਾ ਦੱਸ ਜੇ ਬਣਾ ਰਿਆ ਤੇ ਪਾਉਂਗਾ ਹੀ ਲੈ ਤੇ ਗੱਲਾਂ ਕਿਹੋ ਜਿਹਾ ਕਰਦਾ ਪਿਆ ਤੂੰ ਮੈਂ ਸਾਰੀਆਂ ਹਰਕਤਾਂ ਰੋਣ ਵਾਲੀਆਂ ਤੇ ਆਹ ਤੈਨੂੰ ਰੂੜ ਬੋਲਦਾ ਤੂੰ ਕਰੀ ਜਾ ਨਹੀਂ ਤੂੰ ਰੂੜ ਰੋਣਾ ਕੋਈ ਚੱਕਰ ਨਹੀਂ ਤੂੰ ਕੀ ਲੈਣਾ ਤੇਰੀ ਮੈਂ ਦੱਸ ਖੈਰ ਤੇ ਬੋਤਲ ਮਾਰੂੰ ਤੇਰੇ ਬਕਵਾਸ ਕਰੀ ਜਾਣਾ ਤੂੰ ਜੋ ਮਰਜ਼ੀ ਕਰ ਮਤਲਬ ਮਾਰ ਲੈ ਅਵੇ ਕਿਵੇਂ ਮਾਰਦਾ ਤੂੰ ਮਾਰ ਕੇ ਦੇਖ ਲੈ ਫਿਰ ਵੱਜ ਜਾਏਗਾ ਮੇਰੇ ਤੋਂ जमा ही सुका पिया बेचारा अज जे मैं नहीं पाया तू भी नहीं पाना दिखा फोन लाया तू दिखा की मतलब है दिखा मम्मी नु फोन लाया तू एवी मारी जाना मैं फोन ला लिया तू फोन किसी लग्या नहीं गा दिखा मैं देखा फोन जगी जाता ही तेरा बोली जाता ही दिखा क्यों दिखावा तू ही झूठ मारी जाना मजाक समझ आया वा आई बांदरा आए ओए ਬਾਂਦਰ ਮੈਂ ਨਹੀਂ ਸਹਦਾ ਹੁੰਦਾ ਮਜ਼ਾਕ ਵੀ ਹਾਂ
ਕੀ ਆ ਬੋਤਲ ਕਿਵੇਂ ਮਾਰੀ ਦੁਬਾਰਾ ਮਾਰਾਂ ਅੱਗ ਦੇ ਮੋੜ ਚ ਨਹੀਂ ਗਾ ਭੱਜ ਹੱਥ ਅਕਲੀ ਹੈ ਨਹੀਂ ਗੀ ਭੋਰਾ ਜਿੰਨੀ ਵੀ ਬੰਦਾ ਦਿਮਾਗ ਖਰਾਬ ਕਰਦੇ ਆ ਭਣ ਆ ਕੇ ਬਕਵਾਸ ਕਰੀਂ ਲਿਖੋ ਨਪਾਲ ਆਦੇ ਹੀ ਬਣਾ ਸਭ ਚੀਜ਼ਾਂ ਵਲੋਗ ਪਾਉਣਾ ਸੱਚੀ ਇਹ ਆਹੋ ਤੇ ਤੋਂ ਹੀ ਅਪਲੋਡ ਕਰਵਾਉਂ ਦੇਖ ਬੜਾ ਕੁੱਟੂ ਤੈਨੂੰ ਸੋਹਣ ਲੱਗਿਆ ਕੁੱਟੇਗਾ ਤੂੰ ਇੱਥੇ ਆ ਜਾ ਓਏ ਕੀ ਹਾਂ ਕੀ ਬੋਲ ਹੱਥ ਕਿਵੇਂ ਚੱਕਦਾ ਓਏ ਮੇਰੇ ਤੇ ਤੂੰ ਤੇ ਦੰਦ ਚੱਕਦਾ डैडी हुणी बैठे आ बाहर ते हर्ष भी बैठा वा ते डैडी सामने रूड़ बोलदे आ आपां हर्ष नूं देखदे आ ओए अकल उकल हैगी कि नहीं तैनूं ओए अकल उकल हैगी कि नहीं तैनूं हुण की हो गया बई उत्ते कंप्यूटर टेबल ऐ छड्डे आ वा ऑन ही तूं कर कंप्यूटर टेबल ऑन करता है भज्जूगे ते अगलो कदों आऊगी पहला मैनूं इह समझा तूं नहीं कंप्यूटर टेबल ऑन करता मैं हां ਇਹ ਮੈਂ ਚੱਲ ਜੂਗੇ ਤੇ ਉੱਡ ਜੂਗੇ ਤੇ ਨਹੀਂ ਔਨ ਤਾਂ ਰੱਖਿਆ ਨਾ ਬਿਜਲੀ ਇੰਨੀ ਫੂਕਦੀ ਆ ਕੰਪਿਊਟਰ ਟੇਬਲ ਔਨ ਕੀਤਾ ਮੈਂ ਤੈਨੂੰ ਅਕਲ ਉਕਲ ਹੈ ਕਿ ਨਹੀਂ ਇਹ ਦੱਸ ਪਹਿਲਾਂ ਕੰਪਿਊਟਰ ਟੇਬਲ ਔਨ ਕੀਤਾ ਮੈਂ ਕੰਪਿਊਟਰ ਟੇਬਲ ਨਹੀਂ ਕੰਪਿਊਟਰ ਤਾਂ ਕੀਤਾ ਵਾ ਨਹੀਂ ਤੂੰ ਹੁਣ ਜ਼ਬਾਨ ਲੜਾਉਣਾ ਪਿਆ ਮੇਰੇ ਨਾਲ ਮੇਰੀ ਬੀਰੀ ਮੇਰੀ ਬੀਰੀ ਮੇਰੀ ਗੱਲ ਸੁਣ ਦੇਖ ਜ਼ਬਾਨ ਤਾਂ ਲਾਉਣ ਲੱਗ ਗਈ ਨਾ ਹੁਣ ਤੇਰੀ ਮੈਂ ਕਿਹਾ ਮੇਰੀ ਬੀਰੀ ਤੂੰ ਛੋਟੀ ਜੀ ਬੀਰੀ ਤੂੰ ਥੱਪੜ ਖਾਣੇ ਆ ਕਰੀ ਦੇਖ ਲੋ ਕਿਵੇਂ ਬੋਲਦਾ ਮੈਨੂੰ ਓਏ ਤੁਹਾਡੇ ਚੋਂ ਕਿਹੜਾ ਜਾਣਾ ਉੱਥੇ ਹਰਸ਼ ਬੈਠਾ ਵਾ ਉਹਨੂੰ ਕਹਿਣਾ ਵਾ ਹਾਂ ਤੂੰ ਕਹਿ ਦੇਂਗਾ ਤੂੰ ਕਹਿਣਾ ਵਾ ਹਾਂ ਓਏ ਕੀ ਬਣਦਾ ਤੂੰ ਆਪਦੇ ਆਪ ਨੂੰ ਠੀਕ ਆ ਕਹਿ ਦੇਂਗਾ ਚੱਲ ਆ ਜਾ ਫਿਰ ਆ ਜਾ ਚੱਲ ਉਹਨੂੰ ਕਹਿ ਦੇ ਹੁਣ ਜਾ ਓਏ ਬਾਲਾ ਬਾਲਾ ਆ ਗਿਆ ਉਹਨੂੰ ਬਣਿਆ ਹੋਇਆ ਬਸ ਖਾ ਵੀ ਲਿਆ ਫਿਰ ਪਤਲਾ ਆ ਹੋਇਆ ਤਾਂ ਮੈਨੂੰ ਹਾਂ ਫਿਰ ਖਾ ਵੀ ਲਿਆ ਕਰ ਕੁਛ ਸੁੱਕਿਆ ਸੜਿਆ ਜਾ ਹੋਇਆ ਪਿਆ ਓਏ ਕੁੱਤੇ ਨੇ ਦੁਨੀਆ ਤੇ ਰੋਟੀ ਖਾਣ ਵਾਲੇ ਯਾ ਬੇਇੱਜ਼ਤੀ ਕਰਦੀ ਤੇਰੀ ਦੇਖ ਬਈ ਜਿੰਨੀ ਗੱਲ ਸਖਾਈ ਹੋ ਉਹਨੇ ਕੀ ਕਰ ਸਕਦਾ ਮੈਂ ਤੇ ਬਾਤ ਨਹੀਂ ਕਰ ਸਕਦਾ ਸੌਰੀ ਯਾਰ ਓਏ ਉਰੇ 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 ਚੁੱਪ 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 ਤੂੰ ਕਹਿ ਐ ਲੱਗਦਾ ਤੂੰ ਜਿਵੇਂ ਤੂੰ ਕਹ ਤੂੰ ਐ ਲੱਗਦਾ ਜਿਵੇਂ ਨਸ਼ੇ ਕਰਦਾ ਹੁੰਦਾ ਠੀਕ ਹੈ ਤੂੰ ਕਹਿ ਲੱਗਦਾ ਤੂੰ ਕਹਿ ਲੱਗਦਾ ਜਿਵੇਂ ਨਸ਼ੇ ਕਰਦਾ ਹੁੰਦਾ ਕਹਿ ਦੇ ਬਾ ਨਸ਼ੇ ਨਾ ਕਰਿਆ ਕਰ ਪਤਲਾ ਹੋਈ ਜਾਂਦਾ ਉਹ ਕਹਿੰਦੇ ਨਸ਼ੇ ਨਾ ਕਰਿਆ ਕਰ ਦੇਖ ਲਾ ਹੁਣ ਸਾਰੇ ਕਹਿਣ ਲੱਗ ਗਏ ਤੈਨੂੰ ਉਹ ਚਰਸੀ ਵਾਲਾ ਉਹਦੀ ਸ਼ਕਲ ਉਹਦੀ ਚਰਸੀ ਗਾਂਜ ਕਿਦੇ ਤੁਸੀਂ ਜਿਵੇਂ ਗਾਂਜਾ ਲਾ ਗਿਆ ਇਹ ਤਾਂ ਰੋਸ ਕਰ ਰਿਹਾ ਮਲ ਮਲੇ ਦੇ ਜਵਾਕਾਂ ਨੂੰ ਲੈ ਹੁਣ ਇਹ ਚ ਪੈਟਰੋਲ ਹੈ ਨਹੀਂਗਾ ਪੈਟਰੋਲ ਕਿਨੇ ਪਾਉਣਾ ਸੀਗਾ ਹੈ ਆਪਣਾ ਬਾਈ ਕੋਈ ਇਨਵੋਲਵਮੈਂਟ ਨਹੀਂ ਹੈਗਾ ਤੇਰਾ ਕੀ ਲੈ ਜੇ ਮੈਂ ਚਲਾਉਣਾ ਤੇ ਤੂੰ ਪੈਟਰੋਲ ਹੀ ਨਹੀਂ ਪਾਉਣਾ ਲੈ ਲੈ ਇਹ ਮੈਂ ਚਲਾ ਗੱਡੀ ਲੈ ਜਾ ਚਲਾਵਾਂ ਵੀ ਮੈਂ ਤੇ ਗੱਡੀ ਲੈ ਜਾ ਤੇ ਗੱਡੀ ਕੀ ਲੈ ਜਾ ਚਲਾਵਾਂ ਵੀ ਮੈਂ ਤੇ ਪੈਟਰੋਲ ਵੀ ਮੈਂ ਹੀ ਪਵਾਵਾਂ ਲੈ ਦੋਨੇ ਕੰਮ ਮੈਂ ਕਰਾਂ ਤੇ ਤੂੰ ਕੀ ਕਰੇ ਓਏ ਲੈ ਆ ਸੁਣ ਲੱਗ ਗਿਆ ਐਣ ਵੀ ਸ਼ਰਮ ਯਾਦ ਕਰ ਲਾ ਮਾੜੀ ਗੁੱਸਾ ਹੁੰਦਾ ਮੈਂ ਕੀ ਹੁੰਦਾ ਨਹੀਂ ਮੈਂ ਤੇਰੀ ਗੱਲ ਤੇ ਹੱਸ ਰਿਹਾ ਵੀ ਤੂੰ ਕੀ ਬੰਦਾ ਤੂੰ ਕੀ ਆ ਕੀ ਪੁੱਛ 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 ਗੱਡੀ ਕੱਢ ਮੈਂ ਇਹਨੂੰ ਖਵਾ ਕੇ ਲਿਆਉਣ ਵਾਲੀ ਚਾਹੀਦਾ ਕੁਛ ਵੱਜ ਕੇ ਗੱਡੀ 'ਚ ਬਹਿ ਜਾ ਆਏ ਅੱਛਾ ਉਹ ਆ ਗਏ ਅੱਛਾ ਗੱਡੀ ਨਾਲ ਚੜ੍ਹ ਜਾ ਉੱਤੇ ਤਾਂ ਕਰਕੇ ਕਿੰਨਾ ਗਲਤ ਬੰਦਾ ਯਾਰ ਤੂੰ ਓਏ ਪੈਰ ਥੱਲੇ ਆ ਜਾਓਗੇ ਹੁਣ ਬੁੱਟਰ ਨੂੰ ਫੋਨ ਲਾ ਕੇ ਬਹਿ ਗਿਆ ਇਹ ਬਹਾਨੇ ਨਹੀਂ ਚੱਲਣੇ ਹੈਲੋ ਫੋਨ ਕੱਟ ਯਾਰ ਮੇਰੀ ਗੱਲ ਸੁਣ ਫੋਨ ਕੱਟ ਓਏ ਯਾਰ ਹਾਂ ਹਾਂ ਮੈਨੂੰ ਕੋਈ ਚਾਹੀਦਾ ਖਵਾ ਕੇ ਲਿਆ ਹੋਇਆ ਕੀ ਹੈ ਪ੍ਰੈਂਕ ਆ ਚੈਲੰਜ ਆ ਕੀ ਹੈ ਕੀ ਇਹ ਬਸ ਕੁਛ ਨਹੀਂ ਹੈਗਾ ਯਾਰ ਤੂੰ ਮੈਨੂੰ ਬਸ ਖਵਾ ਕੇ ਲਿਆ ਕਿਹਦਾ ਫੋਨ ਸੀਗਾ ਬੁੱਟਰ ਬਾਈ ਦਾ ਝੂਠ ਮਾਰਦਾ ਤੂੰ ਹੁਣ ਕਿੱਥੇ ਚੱਲੇ ਆ ਬਾਈ ਸਾਨੂੰ ਕੋਈ ਬਰਗਰ ਖਵਾ ਲਿਆਉਂਦੇ ਆ ਕੀ ਗੋਲਗੱਪੇ ਖਾ ਲੈ ਇੰਨੀ ਸਸਤੀ ਗੱਲ ਬਾਈ ਜੀ ਕੋਈ ਚਾਹ ਦੀ ਚੀਜ਼ ਖਵਾ ਯਾਰ ਲੈ ਦੱਸ ਨਾਲੇ ਹੌਲੀ ਕਰਨ ਵਾਲੇ ਬਾਈ ਅਗਲੇ ਚ ਮਾਰ ਨਹੀਂ ਅਗਲੇ ਨੇ ਤੇ ਬੋਲਣਾ ਆ ਕੇ ਫਿਰ ਚੰਗਾ ਰਹੇਗਾ ਬਾਈ ਬੋਲਣ ਜੋਗੇ ਰਹਿਣਾ ਹੀ ਨਹੀਂ ਹਾਂ ਹੌਲੀ ਰੱਖ ਨਹੀਂ ਮਜ਼ਾਕ ਨਹੀਂ ਬਾਈ ਚਲੋ ਹੁਣ ਪੁਲ ਤੇ ਤਾਂ ਆਪਾਂ ਗੱਡੀ ਚਾੜ ਲਈ ਹੋਈ ਆ ਹੁਣ ਦੱਸ ਫਿਰ ਕਿੱਥੇ ਜਾ ਕੇ ਚੱਲੇ ਆ ਬਾਈ ਸਾਨੂੰ ਗੋਲਗੱਪੇ ਖਵਾ ਕੇ ਲੈ ਕੇ ਆਉਣਾ ਕਿ ਮੋਮੋਸ ਖਾਣੇ ਆ ਤੂੰ ਹਿੱਲ ਗਿਆ
ਚਾਹ ਫਿਰ ਭਰਮੇ ਕੋਲ ਦਿਮਾਗ ਸਹੀ ਆ ਭਰਮੇ ਕੋਲ ਗੱਪੇ ਖਾ ਲਿਓ ਭਾਜੀ ਗੁੱਸਾ ਕਾਹਦੋਂ ਕਰ ਰਹੇ ਹੋ ਕੋਈ ਚਾਹ ਦੀ ਚੀਜ਼ ਖਵਾ ਯਾਰ ਲੈ ਦੱਸ ਚਾਹ ਦੀ ਚੀਜ਼ ਤੁਹਾਨੂੰ ਖਵਾ ਦਿੰਦੇ ਆ ਭਾਜੀ ਮੇਰੀ ਗੱਲ ਸੁਣ ਜੀ ਖਵਾ ਦਿੰਦੇ ਮੇਰੀ ਗੱਲ ਸੁਣ ਹਾਂਜੀ ਸਭੇ ਖਵਾ ਕੇ ਲਿਆ ਮੈਨੂੰ ਕੀ ਸਭੇ ਖਾਊਂਗਾ ਮੈਂ ਕੀ ਸੁਣਿਆ ਨੀ ਇੱਕ ਵਾਰੀ ਕਹੀ ਤੇ ਤੈਨੂੰ ਵੀਰ ਜੀ ਉਹ ਸਭ ਮਹਿੰਗਾ ਜਲਸਾ ਆ ਉਹ ਆਪਣੇ ਬਜਟ ਦੇ ਵਿੱਚ ਨਹੀਂ ਹੈਗਾ ਸਮਝਿਆ ਕਰੋ ਮੈਂ ਤਾਂ ਉਹੀ ਖਾਣਾ ਵਾ ਤੂੰ ਦੱਸ ਖਵਾਏਗਾ ਕਿ ਨਹੀਂ ਨਹੀਂ ਜਵਾਨ ਲੜਾਉਣਾ ਵਾ ਬਾਈ ਚਲੋ ਫਿਰ ਮੈਂ ਟਰਾਈ ਕਰਦਾ ਵਾ ਮੇਰੀ ਜੇਬ ਅਲਾਓ ਕਰਦੀ ਹੈ ਕਿ ਨਹੀਂ ਘਰੋਂ ਪੈਸੇ ਮੰਗਾ ਲੈਂਦਾ ਵਾ ਫਿਰ ਆਪਾਂ ਖਾ ਲਾਂਗੇ ਭਾਜੀ ਲੈ ਦੱਸ ਯਾਰ ਦੇਖਿਆ ਕਿ ਹੁਣ ਜੇਬ 'ਚ ਪੈਸੇ ਹੈ ਕਿ ਨਹੀਂ ਦੇਖ ਉਹ ਤੇਰੀ ਦੀ ਹੌਲੀ ਚਲਾ ਕੇ ਗੱਡੀਆਂ ਆਉਂਦੀਆਂ ਨਾਲੇ ਨਹੀਂ ਕਿੰਨੇ ਆ ਘਰੇ ਮੋੜਨੇ ਸੀਗੇ 500 ਆਹ 200 ਆਹ ਤੇ ਆਹ 1000 ਰੁਪਈਆ ਆਹ ਸੋਹਣ ਲੱਗੇ ਮੈਨੂੰ ਨੀ ਪਤਾ ਕਿੱਥੋਂ ਆਇਆ ਆਹੋ ਹੁਣ ਤੂੰ ਫੜਿਆ ਗਿਆ ਵਾ ਹੁਣ ਤਾਂ ਤੂੰ ਕਹੇਂਗਾ ਵੀ ਘਰੇ ਮੋੜਨੇ ਆ ਐ ਨਹੀਂ ਕਰਨਾ ਉਹ ਨਹੀਂ ਕਰਨਾ ਹੁਣ ਚੁੱਪ ਘਰੇ ਮੋੜਨੇ ਆ ਚੁੱਪ ਕਰਕੇ ਨਾ ਸਾਬੇ ਤੇ ਲੈ ਕੇ ਚੱਲ ਮੈਨੂੰ ਠੀਕ ਆ ਨਾ ਬੰਦਿਆ ਤਰ੍ਹਾਂ ਇਹ ਕੈਸ਼ ਮੈਨੂੰ ਕਦੋਂ ਮਿਲ ਗਿਆ ਯਾਰ ਉਹ ਦਿਹਾੜੀ ਦੂੜੀ ਲਾਈ ਹੋਣੀ ਆ ਤੂੰ ਦੇਖੋ ਪਾਗਲ ਹੀ ਬਣਾਈ ਜਾਊਗਾ ਮੈਨੂੰ ਤਾਂ ਨਾ ਉਹੀ ਸਮਝਿਆ ਹੋਇਆ ਮੈਨੂੰ ਕੁਝ ਪਤਾ ਹੀ ਨਹੀਂ ਲੱਗਦਾ ਜਿਵੇਂ ਬਾਈ ਹਾਂ ਤੈਨੂੰ ਕੁਝ ਨਹੀਂ ਪਤਾ ਲੱਗਦਾ ਬਾਈ ਤੁਸੀਂ ਫਲੈਸ਼ ਨਹੀਂ ਜਗਾਈ ਸੀ ਪਿਛਲੀ ਕਲਿੱਪ ਵਿੱਚ ਬਾਈ ਹਾਂ ਤੇ ਹੁਣ ਜਗਾ ਲਈ ਜਿਹੜਾ ਤੂੰ ਸਿਖਾਏਗਾ ਮੈਨੂੰ ਮੈਂ ਕਿਵੇਂ ਜੋਣਾ ਕਿਵੇਂ ਨਹੀਂ ਬਾਈ ਮੈਨੂੰ ਸੱਚੀ ਨਹੀਂ ਸਮਝ ਆ ਰਹੀ ਵੀ ਪੈਸੇ ਕਿੱਥੋਂ ਆਏ ਆ ਮੈਨੂੰ ਹੁਣ ਇਹ ਨਹੀਂ ਪਤਾ ਵੀ ਘਰੇ ਜਾ ਕੇ ਚੇਤਾ ਆਉਣਾ ਕਿ ਉਹਨੂੰ ਮੰਮੀ ਨੇ ਕਿਹੜੇ ਕੰਮ ਲਈ ਪੈਸੇ ਦਿੱਤੇ ਸੀਗੇ ਤੇ ਆਪਾਂ ਉਹਨਾਂ ਕੋਲ ਹੋਰ ਖਾਏ ਕੋਈ ਚੱਕਰ ਨਹੀਂ ਗਾ ਹੁਣ ਲੈ ਦੱਸ ਹੁਣ ਤੂੰ ਉਹੀ ਸੁਣਾਈ ਜਾਂਦਾ ਵਾ ਮੇਰੇ ਜ਼ਿੰਦਗੀ 'ਚ ਪਹਿਲੀ ਵਾਰੀ ਮੇਰੇ ਕੋਲ ਇੰਨਾ ਕੈਸ਼ ਹੋਇਆ ਸੀਰੀਅਸਲੀ ਮੈਂ ਇਹ ਗੱਲ ਕਹਿ ਰਿਹਾ ਮੇਰੇ ਕੋਲ ਜ਼ਿੰਦਗੀ 'ਚ ਪਹਿਲੀ ਵਾਰੀ ਇੰਨਾ ਕੈਸ਼ ਆ ਚੱਲ ਹੁਣ ਹਵਾ ਮਾਰੀ ਜਾਂਦਾ ਵਾ ਬਾਈ ਮੇਰਾ ਦਿਲ ਹੀ ਨਹੀਂ ਕਰ ਰਿਹਾ ਖਰਚਾ ਨੂੰ ਇੱਥੇ ਸਜਾ ਕੇ ਰੱਖੂੰਗਾ ਫਰੇਮ ਕਰਾ ਕੇ ਲੈਮੀਨੇਸ਼ਨ ਦੀ ਦੁਕਾਨ ਵੀ ਖੁੱਲੀ ਨਹੀਂ ਆ ਤਾਂ ਮੇਰੇ ਕਰਕੇ ਨਹੀਂ ਉੱਥੇ ਚੁੱਪ ਕਰਕੇ ਨਾ ਸਾਬੇ ਦੇ ਲੈ ਚੱਲ ਸੱਚੀ ਜਾਣਾ ਜਿਆਦਾ ਬੋਲਦਾ ਵਾ ਇੱਥੇ ਉਤਰ ਜੂ ਗੱਡੀ ਚੋਂ ਉਤਰ ਉਤਰ ਲਾਮਾ ਸਾਈਡ ਤੇ ਤੈਨੂੰ ਉਤਾਰੂ ਸੋਰੀ ਦੇਖਾ ਸੋਰੀਆਂ ਵਾਂਗਾ ਲਾ ਦੀ ਮੜੀ ਤੇ ਤੋ ਹੀ ਸੋਰੀ ਮੰਗਣੀਆਂ ਮੈਂ ਭਜਾ ਤੂੰ ਨਿਕਲ ਇੱਥੋਂ ਮੇਰੇ ਡਿਫੈਂਡਰ ਦੇਖਾ ਲੈਣੀਆਂ ਪੁੱਜ ਗਿਆ ਉੱਪਰ ਤੋਂ ਛੋਟੀਆਂ ਸੋਚਾਂ ਲੰਬੋਰਗਿਨੀ ਤੱਕ ਸੋਚ ਸੀ ਮੇਰੀ ਤੂੰ ਇਹਨਾਂ ਤੇ ਡੁੱਲ ਗਿਆ ਵਾ ਤੁਹਾਨੂੰ ਗੁਰੂ ਨਾਨਕ ਲਿਖਾਉਣਾ ਉੱਪਰ ਆਦੀ ਹੋ ਗਈ ਆ ਉਹ ਦੇਖ ਉਹਦੇ ਵੱਲ ਤਾਂ ਦੇਖਦਾ ਹੀ ਨਹੀਂ ਨਾ ਉਹ ਤਾਂ ਉਹੀ ਆ ਦੁਨੀਆ ਫਿਰਦਾ ਵਿਚਾਰਾ ਰੱਬ ਦਾ ਜੀ ਆਂਦੇ ਵੱਲ ਕਿਉਂ ਦੇਖ ਹੁਣ ਜੀਡੀ ਰੋਡ ਵੱਲ ਤਾਂ ਆਪਾਂ ਹੁਣ ਗੱਡੀ ਪਾਲੀ ਹੋਈ ਆ ਬਾਕੀ ਨੂੰ ਦੇਖਦੇ ਆ ਹੁਣ ਉਸ ਤਾਂ ਲੈ ਪੈਟਰੋਲ ਘੱਟ ਹੋਣਾ ਆ ਮੇਰੀ ਵਾਰੀ ਤੇ ਪੈਟਰੋਲ ਘੱਟ ਹੋ ਗਿਆ ਹੁਣ ਲੈ ਦੱਸ ਮਤਲਬ ਬਾਈ ਆਪ ਕਦੇ ਇੱਧਰ ਕਦੇ ਉੱਧਰ ਸਾਰੇ ਸ਼ਹਿਰ 'ਚ ਸਾਰੀ ਦਿਹਾੜੀ ਗੇੜੇ ਕੱਢੀ ਜਾਊਗਾ ਤੇ ਮੇਰੀ ਵਾਰੀ ਤੇ ਹੁਣ ਪੈਟਰੋਲ ਖਤਮ ਹੋ ਗਿਆ ਉਹ ਭਰਾ ਮੈਂ ਤੈਨੂੰ ਕੀ ਮੈਂ ਤਾਂ ਡਰਾਈਵਰ ਆ ਤੇ ਡਰਾਈਵਰ ਤੇ ਭਰਾ ਤਾਂ ਹੈਗਾ ਨਾ ਤੇ ਭਰਾ ਵਾ ਫਿਰ ਰੂਡ ਕਿਉਂ ਬੋਲਦਾ ਵੇ ਤੇ ਬੋਲੂੰਗਾ ਯਾਰ ਜੋ ਤੂੰ ਪੈਟਰੋਲ ਹੀ ਨਹੀਂ ਪਾਉਣਾਗਾ ਕਦੇ ਮੈਂ ਤੈਨੂੰ ਮੋਟਰਸਾਈਕਲ ਤੇ ਕਹਿੰਦਾ ਤੂੰ ਤਾਂ ਗੱਡੀ 'ਚ ਵੀ ਨਹੀਂ ਪਾਉਂਦਾ ਮਜ਼ਾਕ ਮਯੂਕ ਲੈ ਮਜ਼ਾਕ ਕਰੂੰਗਾ ਮੈਂ ਤੇਰੇ ਨਾਲ ਮਜ਼ਾਕ ਕਰਨਾ ਕੀ ਆ ਮੈਂ ਵੱਜਿਆ ਨਾ ਆਪਦੀ ਵੱਜਿਆ ਨਾ ਹਾਂ ਹੁਣ ਮਲਣ ਲੱਗ ਗਿਆ ਵਾ ਨਿਕਲ ਇੱਥੋਂ ਚੱਲ ਹੁਣ ਸਭੇ ਦੇ ਰੋਕ ਜਾ ਕੇ ਢਾਬੇ ਤੇ ਰੋਕ ਲਿਆ ਖਾਣੀ ਆ ਮੂੰਗੀ ਨਾਲ ਮੈਂ ਨੀ ਖਾਣੀ ਖੁਣੀ ਮੂੰਗੀ ਆ ਮੈਨੂੰ ਸਭੇ ਤੇ ਲੈ ਚੱਲ ਚੁੱਪ ਕਰਕੇ ਮੈਂ ਤਾਂ ਮੇਰੇ ਰੋਲਾ ਪਾ ਕੇ ਲੈ ਕੇ ਜਾਊਂਗਾ ਓਏ ਲੋਕੋ ਓਏ ਨੂੰ ਮੈਂ ਸਾਬੇ ਲੈ ਕੇ ਚੱਲਾ ਓਏ 500 ਰੁਪਇਆ ਲੱਗਣ ਵਾਲਾ ਓਏ ਲੋਕੋ ਲੈ ਚੱਲ ਪਾਗਲ ਹੋ ਗਿਆ ਹਿੱਲ ਗਿਆ ਮੇਰੀ ਬੇਇੱਜ਼ਤੀ ਕਰਾਈ ਜਾਂਦਾ ਵਾ ਤੂੰ ਪਹਿਲਾਂ ਵੀ ਦੱਸਿਆ ਵੀਰੇ ਬੇਇੱਜ਼ਤੀ ਤੇਰੀ ਤਾਂ ਹੋਊਗੀ ਤੇਰੀ ਪੂਰਾ ਇੱਜ਼ਤ ਹੋਵੇ ਪਹਿਲਾਂ ਮੈਂ ਵੀ ਬੋਲਿਆ ਸੀ ਤੇਰੇ ਤੋਂ ਇਹ ਤੂੰ ਫਿਰ ਮੇਰੇ ਤੇ ਲਾਤਾ ਸੀ ਉਹ
ਉਹ ਗੱਲ ਵੱਖਰੀ ਆ, ਤੇਰੀ ਗੱਲ ਜ਼ਿਆਦਾ ਬਣ ਗਈ ਸੀ। ਤੂੰ ਕਿਉਂ ਯਾਰ, ਤੂੰ ਖਾਕੀ ਜੀ ਕਾਹਤੋਂ ਜਾਂਦਾ ਵਾ ਇੰਨਾ ਜ਼ਿਆਦਾ, ਦੱਸੀ ਮੈਨੂੰ। ਕੱਟਾ ਕੁੱਟਾ ਮੇਰੀ ਗੱਲ ਸੁਣ, ਤੂੰ ਗੱਲਾਂ ਹੋ ਜਾਂ ਨਹੀਂ ਕਰਦਾ, ਤੂੰ ਗੱਲਾਂ ਹੋ ਜਾਂ ਨਹੀਂ ਕਰਦਾ, ਪੈਟਰੋਲ ਘੱਟ ਆ ਮੇਰੀ ਵਰਜ ਪੈਟਰੋਲ ਘੱਟ ਹੋਣਾ ਵਾ, ਫਿਰ ਮੈਂ ਕਹਿ ਦਿੱਤਾ ਵੀ ਹੈਗਾ ਵਾ ਹੁਣ, ਤੇ ਪਹਿਲਾਂ ਕਦੋਂ ਗਿਆ ਸੀਗਾ ਉਹ ਗਲਤੀ ਨਾਲ ਕਹਿਤਾ ਬਸ ਕਰ ਹੁਣ ਕੈਮਰਾ ਪੈਣਾ, ਫਿਰ ਕੀ ਹੋ ਗਿਆ। ਚਲੋ ਵੀ ਹੁਣ ਪਹੁੰਚ ਚੁੱਕੇ ਹਾਂ ਸਾਬੇ, ਤੇ ਮਸਾਂ ਹੀ ਲੈ ਕੇ ਆਇਆ ਮਿਹਨਤਾਂ ਕਰਾ ਕੇ, ਮੈਨੇ ਲੱਤਾਂ ਦੁਖ ਰਹੀਆਂ ਨਾ ਲੈਗ ਡੇ ਚ, ਮਹੀਨੇ ਬਾਅਦ ਲੈਗ ਲਾਈ ਆ, ਮਸਲ ਤਾਂ ਪੂਰੇ ਵਧੀਆ ਐਕਟੀਵੇਟ ਹੋਏ ਪਏ ਆ ਪ੍ਰੋਪਰ, ਬਟ ਹੁਣ ਤੂੰ ਮੇਰੇ ਤੇ ਗਲਤੀ ਕੱਢ ਰਿਹਾ ਵਾ ਵੀ ਤੂੰ ਹੀ ਲੈ ਕੇ ਆਇਆ ਇੱਥੇ, ਮੈਨੂੰ ਹੁਣ ਲੱਤਾਂ ਦੁਖੀ ਜਾਂਦੀਆਂ ਤੇਰੀਆਂ। ਚੱਲ ਗੇਟ ਖੋਲ ਹੁਣ। ਉਹ ਯਾਰ ਹੀ ਖੋਲ ਇਹਨੂੰ, ਮੈਂ ਇੱਥੇ ਹੀ ਖੜਾ। ਹੁਣ ਅੱਖਾਂ ਮਲੀ ਜਾਂਦਾ, ਅੱਖਾਂ ਖਰਾਬ ਆ ਵੀ ਹੁਣ ਘਰੇ ਚੱਲ ਐ ਕਹੂਗਾ ਹੁਣ। ਚੱਲ ਪਤਾ ਕੀ ਰੜਕ ਰਿਹਾ, ਮੇਰੀ ਗੱਲ ਸੁਣ, ਗੱਲ ਸੁਣ। ਹੁਣ ਜਦੋਂ ਬਣ ਗਿਆ ਨਾਲ ਹੀ ਲੈ ਆਈ, ਉੱਥੇ ਟਾਈਮ ਨਾ ਲਾਈ ਠੀਕ ਆ, ਜ਼ਿਆਦਾ ਮੈਂ ਉੱਥੇ ਬਹਿਣਾ ਜਾ ਕੇ। ਰੱਖ ਦਿਓ ਸਹੀ ਤਰ੍ਹਾਂ, ਬੈਠਣ ਨਹੀਂ ਜ਼ਿਆਦਾ ਦੇਰ ਤੋਂ ਇੱਕ ਥਾਂ 'ਤੇ। ਕਿੰਨੇ ਪੈਸੇ ਲੱਗ ਗਏ? ਫਿਰ ਲੈ ਦੁਬਾਰਾ ਪੁੱਛੋ ਆ ਕੇ, ਮੈਂ ਤੂੰ ਫਿਰ ਕਹਿਣ ਲੱਗ ਗਿਆ, ਚੰਗਾ ਬਣਦਾ ਲੋਕਾਂ ਸਾਹਮਣੇ ਤੂੰ ਹੈ। ਨਾ 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 ਨਾ, ਜਿਹੋ ਜਿਹਾ ਤੂੰ ਹੈਗਾ ਨਾ ਉਹ ਜਿਹਾ ਦਿਖੇਗਾ ਮੇਰੀ ਵੀਡੀਓ 'ਚ, ਠੀਕ ਆ ਨਾ? ਤੂੰ ਪਖਾਰੀ ਜਾਣਾ ਬਾਈ, ਤੂੰ ਜ਼ਿਆਦਾ ਬੋਲੇਂਗਾ। ਸਭੇ ਖੋਲ ਕੇ ਦੇ ਉਹ ਵਾਲਾ, ਉਹ ਵਾਲਾ ਤੇ ਮੂੰਹ ਜਾ ਕਿਵੇਂ ਬਣਾਉਣਾ ਓਏ, ਕੋਈ ਗੱਲ ਨਾ ਪਰ ਨਾ ਯਾਰ। ਹੁਣ ਆਪਾਂ ਖਾ ਪੀ ਕੇ ਘਰੇ ਆ ਚੁੱਕੇ ਸੀਗੇ, ਤੇ ਬਾਕੀ ਇਹਦੇ ਸਿਰ 'ਤੇ ਤਾਂ ਜੂੰ ਸਰਕਣੀ ਨਹੀਂ, ਕਦੇ ਵੀ ਨਹੀਂ ਸਰਕਣੀ। ਦੇਖ ਲਓ, ਮੈਂ ਇਹਨੂੰ ਕਿਹਾ ਸੀਗਾ ਸਾਈਡ 'ਤੇ ਲਾ ਦੇ, ਪਰ ਇਹਨੇ ਲਾਇਆ ਵਾ ਆਪ ਲਾ ਦਿਓ। ਮੈਂ ਤੈਨੂੰ ਹੁਣ ਕੁਛ ਬੋਲਿਆ ਵਾ, ਹੁਣ ਤੂੰ ਔਖਾ ਜਿਹਾ ਬੋਲਦਾ ਪਿਆ ਵਾ, ਤੇ ਸਵੇਰੇ ਬਹੁਤ ਸਵੇਰ ਦੀ ਗੱਲ ਸਵੇਰੇ ਰਹਿ ਗਈ, ਹੁਣ ਤੈਨੂੰ ਮੈਂ ਪਿਆਰ ਨਾਲ ਕਿਹਾ ਵਾ ਲਾ ਦੇ। ਸਵੇਰ ਦਾ ਬਕਵਾਸ ਕਰਦਾ ਪਿਆ, ਚੱਲ ਹੁਣ ਲਾਉਣਾ ਕਿ ਨਹੀਂ ਇਹ ਦੱਸ ਤੂੰ। ਚਲੋ ਦੱਸੋ ਯਾਰ, ਇਹ ਤੁਹਾਨੂੰ ਕਿੱਦਾਂ ਦਾ ਲੱਗਿਆ ਆਪਣਾ ਚੈਲੇਂਜ, ਜਿਹੜਾ ਆਪਾਂ ਇਹਨੂੰ ਸਾਰੀ ਦਿਹਾੜੀ ਰੂਟ ਬੋਲਣਾ ਸੀਗਾ ਅੱਜ, ਇਹ ਚੈਲੇਂਜ ਸੀਗਾ ਵੀ ਸਾਰੀ ਦਿਹਾੜੀ ਤੇਰੇ ਨਾਲ ਰੂਟ ਬੋਲਣਾ ਮੈਂ। ਛੱਡੋ ਯਾਰ ਇਹਨੂੰ, ਇਹ ਗਾਲ ਖਾਣ ਵਾਲਾ ਹੀ ਆ। ਕੀ ਸੀਗਾ ਇਹ? ਉਹ ਰੂਟ ਬੋਲਣ ਵਾਲਾ ਚੈਲੇਂਜ ਸੀਗਾ, ਉਹ ਆ ਕੈਂਚੀ ਪਾਲੀ ਵਾਹ ਨੂੰ। ਪਤਾ ਕੀ ਚੱਕਰ ਆ, ਮੈਨੂੰ ਪਤਾ ਸੀਗਾ ਵੀ ਚੈਲੇਂਜ ਦਾ, ਮੈਨੂੰ ਇਹੀ ਕਿਹਨੇ ਡੇਅਰ ਨੂੰ ਦਿੱਤਾ ਹੋਣਾ, ਤਾਂ ਕਰਕੇ ਮਾੜਾ ਚਿੱਲ ਮੋੜ 'ਚ ਰਿਹਾ। ਆਹੋ ਇਹਨੇ ਜ਼ਿਆਦਾ ਨਾ ਰਿਐਕਸ਼ਨ ਜਾਣ ਕੇ ਦਿੱਤੇ ਨਹੀਂ। ਚਲੋ ਕੋਈ ਗੱਲ ਨਹੀਂ, ਤੇ ਦੱਸੋ ਨਾ ਤੋੜਦਾ ਬਾਅਦ, ਤੂੰ ਹਿੱਲ ਗਿਆ ਵਾ ਕਿਆ? ਇਹ ਸੀ ਆਪਣਾ ਅੱਜ ਦਾ ਵਲੋਗ, ਜੇ ਵਲੋਗ ਤੁਹਾਨੂੰ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਆਲ 'ਤੇ ਕਰ ਲਓ, ਤਾਂ ਜੋ ਮੇਰੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ, ਅਤੇ ਕਮੈਂਟ ਕਰਕੇ ਦੱਸਿਓ ਆਪਣਾ ਫੇਵਰੇਟ ਪਾਰਟ, ਅਤੇ ਵੀਡੀਓ ਲਾਈਕ ਜ਼ਰੂਰ ਕਰ ਦਿਓ, ਠੀਕ ਆ? ਚੈਨਲ ਨੂੰ ਸਬਸਕ੍ਰਾਈਬ ਵੀ ਕਰ, ਅਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਥੈਂਕ ਯੂ ਸੋ ਮੱਚ।